ਸਤਿ ਸ਼੍ਰੀ ਅਕਾਲ ਜੀ, ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ 14 ਦਸੰਬਰ 2024 ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੰਡਰ ਦੀ ਚੇਅਰਮੈਨਸ਼ਿਪ ਆਫ ਸਾਡੇ ਲਰਨਰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਵਰਿੰਦਰ ਅਗਰਵਾਲ ਜੀ ਦੀ ਚੇਅਰਮੈਨ ਅਗਵਾਈ ਹੇਠ ਆਪਾਂ ਲੋਕ ਅਦਾਲਤ ਲਗਾਉਣ ਜਾ ਰਹੇ ਹਾਂ, ਜਿਹੜੀ ਕਿ ਲੋਕ ਅਦਾਲਤ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਕਚਹਿਰੀਆਂ ਦੇ ਨਾਲ ਨਾਲ ਸਾਡੀ ਸਬ ਡਿਵੀਜ਼ਨ ਜ਼ੀਰਾ ਅਤੇ ਗੁਰੂ ਹਰ ਸਹਾਇ ਦੇ ਵਿੱਚ ਵੀ ਲੱਗਣਗੀਆਂ, ਜਿਸ ਦੇ ਵਿੱਚ ਹਰ ਤਰ੍ਹਾਂ ਦੇ ਦੀਵਾਨੀ ਮਾਮਲੇ, ਖਾਸ ਕਰਕੇ ਬੈਂਕਾਂ ਦੀ ਰਿਕਵਰੀ ਦੇ ਮਾਮਲੇ ਲਿੱਤੇ ਜਾਣਗੇ, ਜਾਂ ਕਈ ਇੱਦਾਂ ਦੇ ਮਾਮਲੇ, ਫੌਜਦਾਰੀ ਮਾਮਲੇ ਜਿਹਦੇ ਕਿ ਜ਼ਿਆਦਾ ਸੀਰੀਅਸ ਓਫੈਂਸ ਨਾ ਹੋ ਕੇ ਸਮਝੌਤਾ ਯੋਗ ਫੌਜਦਾਰੀ ਮਾਮਲੇ, ਉਹਨਾਂ ਦੀ ਇਸ ਲੋਕ ਅਦਾਲਤ ਦੇ ਵਿੱਚ ਜਿਹੜੀ ਹੈ ਡਿਸਪੋਜ਼ਲ ਕੀਤੀ ਜਾਏਗੀ। ਇਸ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਾਉਣ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਇਹ ਹੋਊਗਾ ਕਿ ਸਾਡਾ ਬਹੁਤ ਜ਼ਿਆਦਾ ਸਮਾਂ ਬਚੇਗਾ, ਅਤੇ ਜਿੰਨੀ ਵੀ ਅੱਜ ਤੱਕ ਆਪਾਂ ਲੋਕ ਆਪਣੇ ਲਿਟੀਗੇਸ਼ਨ ਦੇ ਵਿੱਚ ਜਾਂ ਕੋਰਟ ਫੀ ਦਿੱਤੀ ਹੁੰਦੀ ਹੈ, ਉਹ ਸਾਰੀ ਤੁਹਾਨੂੰ ਐਜ਼ ਇਟ ਇਜ਼ ਜਿੰਨੀ ਵੀ ਲੱਗੀ ਹੈ ਉਹ ਵਾਪਸ ਹੋ ਜਾਏਗੀ। ਤਾਂ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਅਦਾਲਤ 14/12/2024 ਨੂੰ, ਜੋ ਕਿ ਜ਼ਿਲ੍ਹਾ ਕਚਹਿਰੀਆਂ ਫਿਰੋਜ਼ਪੁਰ ਦੇ ਵਿੱਚ ਅਤੇ ਉਸਦੇ ਨਾਲ ਨਾਲ ਜ਼ੀਰਾ ਅਤੇ ਗੁਰੂ ਹਰ ਸਹਾਇ ਦੇ ਵਿੱਚ ਲੱਗ ਰਹੀ ਹੈ, ਵੱਧ ਤੋਂ ਵੱਧ ਹਿੱਸਾ ਲਓ, ਆਪਣੇ ਵੱਧ ਤੋਂ ਵੱਧ ਕੇਸ ਉਸਦੇ ਵਿੱਚ ਲਗਾਓ, ਤਾਂ ਕਿ ਲੋਕਾਂ ਦੇ ਕੇਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਨਿਪਟਾਰਾ ਹੋ ਸਕੇ, ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਅਤੇ ਸਸਤਾ ਨਿਆਂ ਮਿਲ ਸਕੇ। ਧੰਨਵਾਦ।